पटियाला में अकाली दल के सीनियर लीडर विक्रम सिंह मजीठिया रैली वाले स्थान पर पहुंचे, जहां उन्होंने रैली की तैयारियों का निरीक्षण किया। वहीं पर मीडिया से वार्ता करते हुए उन्होंने अकाली दल के प्रधान सुखबीर बादल पर हुए हमले की तीखे शब्दों में निंदा की और कहा कि कांग्रेस पुलिस के साथ मिलकर ऐसी घटनाओं को अंजाम दे रही है। देखो, सब तो पहला तो मैं जो कातिलाना अटैक कांग्रेस की गवर्नमेंट वालों ते स्टेट पुलिस की मिली भुगत नाल श्रोमणी अकाली दल के प्रधान साहब से किया गया, एक ऑर्गेनाइज तरीके नाल पिछले चार बारी ये ट्रेंड वेखन मिलिया सी। एंड बादल साहब ने फरीदकोट की स्टेज तो एक गल भी स्पष्ट की सी कि जो मर्जी हो जाए पंजाब की भाईचारक सांझ वास्ते हर तरीके की लड़ाई तो हर तरीके की कुरबानी देवांगे। और तुसी वेख्या कि वीडियो सामने आई है कि 7-8 बंदे सन ते किवें अटैक पुलिस ने उन्होंने रोकण की जगह सड़क क्रॉस करा के सिर्फ इसलिए किया कि 7 तरीक की रैली वास्ते डीमोरलाइजेशन इफेक्ट जाए। मगर अज मैं ठाठा मारदा इकट्ठ होया नौजवानों का यह साफ संकेत है कि जो ठगी कांग्रेस ने पंजाब के नौजवान नाल, पंजाब के किसान नाल, पंजाब के शड्यूल कास्ट भाईचारे नाल, बैकवर्ड क्लास भाईचारे नाल, व्यापारी नाल, इंडस्ट्री नाल मारी है, पंजाबी जवाब देने वास्ते 7 तरीक नूं भावें पुलिस सानू इत्थों आउण तों रोकण की कोशिश करे, असी उत्थे धरना देवांगे। साडे वेन्यू 4-4 वारी यह चेंज करते हैं, रैली की परमिशन नूं विड्रॉ करते हैं, साडे फंडामेंटल राइट्स नाल खिलवाड़ करन दी कोशिश करते हैं, जिहड़ी एमरजेंसी वर्गी हालात बनाउंदे आ इन्हां खिलाफ लड़न वास्ते अज पंजाबी लामबंद हो के 7 नूं पंजाबियां दा इकट्ठ भाईचारक सांझ नूं बहाल रखण वाला इकट्ठ इत्थे वड्डा होऊगा। तो ये सरकारी इकट्ठ जिहड़ा लंबी च कीता जा रहा है ਉਹਨੂੰ ਮੂੰਹ ਤੋੜਵਾ ਜਵਾਬ ਇੱਥੋਂ ਪੰਜਾਬ ਦੇ ਲੋਕ ਦੇਣਗੇ। ਤੁਹਾਨੂੰ ਲੱਗਦਾ ਕਿ ਪਟਿਆਲੇ ਰੈਲੀ ਨੂੰ ਵੀ ਅਸਫਲ ਕਰਨ ਵਾਸਤੇ ਇਹੋ ਜਿਹੀ ਕੋਸ਼ਿਸ਼ ਹੋ ਸਕਦੀ ਹੈ ਦੁਬਾਰਾ? ਹਰ ਤਰੀਕੇ ਜੀ, ਬੱਸ ਆਪਰੇਟਰ ਨੂੰ ਦਬਕਾ, ਬੱਸ ਮਾਲਕਾਂ ਨੂੰ ਚਾਲਕਾਂ ਨੂੰ ਦਬਕਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬੱਸ ਨਹੀਂ ਦੇਣੀ, ਹਰ ਤਰੀਕੇ ਦਾ ਪ੍ਰੈਸ਼ਰ, ਸੜਕ 'ਚ ਪੁਲਿਸ ਵੱਲੋਂ ਡਾਇਵਰਜਨ ਸਿੱਧੇ ਰਸਤੇ ਆਉਣ ਨਹੀਂ ਦੇਣਾ, ਇਹਨੂੰ 50 ਕਿਲੋਮੀਟਰ ਇਹਨੂੰ ਪਾ ਦਿਓ, 60 ਇਹਨੂੰ ਪਾ ਦਿਓ, ਡੀਮੋਰਲਾਈਜ਼ ਹੋ ਕੇ ਵਾਪਸ ਚਲੇ ਜਾਵੇ। ਸਭ ਨੂੰ ਬੇਨਤੀ ਕੀਤੀ ਗਈ ਜਿੱਥੇ ਪੁਲਿਸ ਖਰਾਬ ਕਰੇ ਉੱਥੇ ਧਰਨਾ ਦੇ ਦਿਓ, ਉੱਥੇ ਬਹਿ ਜਿਓ, ਮਗਰ ਆਪਣੇ ਪੰਜਾਬ ਦੇ ਨੌਜਵਾਨ ਦੀ ਆਵਾਜ਼, ਪੰਜਾਬ ਦੇ ਕਿਸਾਨ ਦੀ, ਡੈਮੋਕਰੇਸੀ ਨੂੰ ਬਚਾਉਣ ਦੀ ਆਵਾਜ਼ ਜੇ ਬੁਲੰਦ ਕਰਨੀ ਹੈ ਤਾਂ ਹਰ ਤਰੀਕੇ ਦੀ ਔਕੜਾਂ ਦਾ ਸਾਹਮਣਾ ਕਰਕੇ 7 ਨੂੰ ਇੱਥੇ ਪਹੁੰਚਣਾ। ਇਹ ਗੱਲ ਦੱਸੋ ਕਿ ਜਿਹੜੇ ਵਾਰ ਵਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਅਕਾਲੀ ਦਲ ਬੈਕਵਰਡ 'ਤੇ ਜਾ ਚੁੱਕਾ ਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ, ਹੁਣ ਫਰੰਟਵੁੱਡ ਦੇ ਆਉਣ ਲਈ ਇਹ ਜਬਰ ਵਿਰੋਧੀ ਰੈਲੀਆਂ ਜਾਂ ਵੱਖ ਵੱਖ ਥਾਵਾਂ 'ਤੇ ਸੂਬੇ ਵਿੱਚ ਕੌਲ ਕੀਤੀ ਜਾ ਰਹੀ ਹੈ? ਦੇਖੋ, ਮੇਰੀ ਬੇਨਤੀ ਹੈ ਜੇ ਪੰਜਾਬ ਦੇ ਮਾਹੌਲ ਨੂੰ ਕੋਈ ਖਰਾਬ ਕਰੇ, ਪੰਜਾਬ ਦੇ ਨੌਜਵਾਨਾਂ ਨੂੰ ਝੂਠ ਬੋਲੇ, ਉਹਨੂੰ ਨੌਕਰੀ ਨਾ ਦੇਵੇ, ਘਰ ਘਰ ਨੌਕਰੀ ਦਾ ਵਾਅਦਾ ਸੀਗਾ ਅੱਜ ਤੱਕ ਇੱਕ ਨੌਕਰੀ ਨਹੀਂ, ਕਿਸਾਨੀ ਨੂੰ ਕਰਜ਼ੇ ਮਾਫੀ ਦਾ ਲਾਰਾ ਸੀ ਉਹਨੂੰ ਕਰਜ਼ਾ ਮਾਫੀ ਨਹੀਂ, ਅੱਜ ਹਰ ਸੂਬੇ ਨੇ 5 ਰੁਪਏ ਘਟਾ ਤੇ, 2.5 ਰੁਪਏ ਸੈਂਟਰ ਨੇ ਘਟਾ ਤੇ, 2.5 ਰੁਪਏ ਸਟੇਟ ਦੀ ਗਵਰਨਮੈਂਟ ਨੇ ਘਟਾ ਤੇ। ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਬੜੇ ਪੰਜਾਬੀਆਂ ਦੀ ਦਰਦ ਦੀ ਗੱਲ ਕਰਦੇ ਸੀ, ਤੁਸੀਂ 6,000 ਤੋਂ 8,000 ਕਰੋੜ ਹਰ ਸਾਲ ਫਿਊਲ 'ਤੇ ਪੰਜਾਬ ਸਰਕਾਰ ਦਾ ਟੈਕਸ ਲੱਗਦਾ ਜਿਹੜਾ ਉਹ ਲੋਕਾਂ ਤੋਂ ਇਕੱਠਾ ਕਰ ਰਹੀ ਹੈ, ਅੱਜ ਤੁਹਾਨੂੰ ਦਰਦ ਕਿਉਂ ਨਹੀਂ ਮਹਿਸੂਸ ਹੋ ਰਿਹਾ? ਤੁਹਾਨੂੰ ਡਿਲੇ ਕਾਹਦਾ ਹੈ? ਤੁਸੀਂ ਕਿਉਂ ਨਹੀਂ ਪੰਜਾਬ ਦੀ ਗੱਲ ਕਰਦੇ? ਜਿਹੜੇ ਲੋਕ ਸਰਕਾਰ ਕਾਂਗਰਸ ਦੀ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਨੱਚ ਰਹੀ ਹੈ, ਪੰਜਾਬੀਆਂ ਨੂੰ ਕਮਜ਼ੋਰ ਕਰ ਰਹੀ ਹੈ, ਪੰਜਾਬੀ ਇੱਕ ਭਰਾ ਮਾਰੂ ਜੰਗ ਕਰਾ ਰਹੀ ਹੈ, ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅੱਜ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਦੇ ਲੋਕਾਂ ਦਾ ਇਕੱਠ 7 ਤਰੀਕ ਨੂੰ ਇੱਥੇ ਰੱਖਿਆ।